ਵਾਹਿ ਖਾਲਸਾ ਵਾਹਿ ਖਤੇ। ਮਨ ਕੀ ਬਾਤ ਦਾ ਵਿਸ਼ਾ ਮੇਰਾ ਇਹ ਹੈ, ਇੰਡੀਆ ਗੇਟ ਨੇੜਲੇ ਸੂਚਨਾ ਬੋਰਡਾਂ ਤੋਂ ਰਾਜਪਥ ਹਟਾਇਆ। ਖਬਰ ਸੁਣੀ ਲਓ। ਸਰਕਾਰ ਵੱਲੋਂ ਰਾਜਪਥ ਦਾ ਨਾਂ ਬਦਲ ਕੇ ਕਰਤਵਿਆ ਪਥ ਕਰਨ ਮਗਰੋਂ ਇੱਥੇ ਇੰਡੀਆ ਗੇਟ ਨੇੜੇ ਲੱਗੇ ਸੂਚਨਾ ਬੋਰਡਾਂ ਤੋਂ ਰਾਜਪਥ ਦਾ ਨਾਂ ਮਿਟਾ ਦਿੱਤਾ ਗਿਆ। ਇਹ ਕਦਮ ਹਾਲ ਹੀ 7 ਸਤੰਬਰ ਨੂੰ ਹੋਈ ਵਿਸ਼ੇਸ਼ ਮੀਟਿੰਗ ਦੌਰਾਨ ਇਤਿਹਾਸਕ ਸੜਕ ਦੇ ਨਾਮਕਰਨ ਨੂੰ ਮਨਜ਼ੂਰੀ ਦੇਣ ਸਬੰਧੀ ਜਾਰੀ ਨੋਟਿਸ ਮਗਰੋਂ ਚੁੱਕਿਆ ਗਿਆ ਹੈ। ਇੰਡੀਆ ਗੇਟ ਨੇੜੇ ਸਟੀਲ ਦੇ ਬਣੇ ਦਿਸ਼ਾ ਸੂਚਕ ਬੋਰਡਾਂ ਤੇ ਹਰਾ ਰੰਗ ਕਰਕੇ ਉਪਰ ਚਿੱਟੇ ਅੱਖਰਾਂ ਚ ਪਹਿਲਾਂ ਹਿੰਦੀ ਵਿਚ, ਫਿਰ ਅੰਗਰੇਜ਼ੀ ਵਿਚ, ਥੱਲੇ ਪੰਜਾਬੀ ਚ ਕਰਤਵਿਆ ਪਥ ਲਿਖਿਆ ਗਿਆ। ਪਿਛਲੀ ਰਾਤ ਦਿਸ਼ਾ ਸੂਚਕ ਬੋਰਡਾਂ ਤੇ ਦੋ ਸੜਕਾਂ ਨਾਵਾਂ ਸ਼ੇਰ ਸ਼ਾਹ ਸੂਰੀ ਮਾਰਗ ਅਤੇ ਦੂਸਰਾ ਮੋਦੀ ਖੋਤੇ ਦਾ ਕੰਮ ਦੇਖ ਲੋ ਕੀ ਕੀਤਾ ਇਹਨੇ। ਮੈਂ ਖਬਰ ਤੱਕ ਪਹੁੰਚ ਜਾਵਾਂ ਤਾਂ ਕਿ ਤੁਹਾਨੂੰ ਪੂਰੀ ਗੱਲ ਸਮਝ ਆ ਜਾਏ ਤੇ ਫਿਰ ਆਪਾਂ ਮੋਦੀ ਨੂੰ ਪੇ ਕੇ ਜੁੱਤੀਆਂ ਲਾਵਾਂਗੇ ਤੇ ਬੜੇ ਮਜ਼ੇ ਲਗਾਵਾਂਗੇ। ਹਾਂਜੀ, ਡਾਕਟਰ ਜ਼ਾਕਿਰ ਹੁਸੈਨ ਮਾਰਗ ਤੋਂ ਉਪਰਲੇ ਹਿੱਸੇ ਚ ਲਿਖੇ ਰਾਜਪਥ ਨੂੰ ਖੁਰਚ ਕੇ ਮਿਟਾ ਦਿੱਤਾ ਗਿਆ ਸੀ। ਨਵੀਂ ਦਿੱਲੀ ਦੀ ਮਿਊਂਸਪਲ ਕੌਂਸਲ ਦੇ ਸੂਤਰਾਂ ਨੇ ਦਸਿਆ ਕਿ ਨਾਮਕਰਨ ਦੀ ਮਨਜ਼ੂਰੀ ਮਿਲਣ ਮਗਰੋਂ ਕੰਮਕਾਰੀ ਅਧਿਕਾਰੀਆਂ ਨੇ ਰਾਜਪਥ ਵਾਲੇ ਪੁਰਾਣੇ ਦਿਸ਼ਾ ਸੂਚਕ ਬੋਰਡ ਹਟਾ ਦਿੱਤੇ ਹਨ ਅਤੇ ਇਨ੍ਹਾਂ ਦਾ ਨਾਂ ਕਰਤਵਿਆ ਪਥ ਰੱਖ ਦਿੱਤਾ ਗਿਆ। ਸਾਰੇ ਸੰਸਾਰ ਦੇ ਨੇਕ ਦਿਲ ਹਿੰਦੂ, ਮੁਸਲਮਾਨ, ਜੈਨੀ, ਬੋਧੀ, ਪਾਰਸੀ, ਈਸਾਈ, ਸਿੱਖ ਤੇ ਅੰਗਰੇਜ਼ ਇਸ ਗੱਲ ਦਾ ਪੁਰਜ਼ੋਰ ਵਿਰੋਧ ਕਰਦੇ ਹਨ ਕਿ ਰਾਜਪਥ ਮਾਰਗ ਨੂੰ ਕਰਤਵਿਆ ਪਥ ਰੱਖਿਆ ਗਿਆ ਤੇ ਇਹਦਾ ਨਾਂ ਜੋੜਿਆ ਗਿਆ ਸੁਭਾਸ਼ ਚੰਦਰ ਬੋਸ ਨਾਲ। ਸੁਭਾਸ਼ ਚੰਦਰ ਬੋਸ ਇੱਕ ਖਾੜਕੂ ਸੀਗੇ ਜਿਨ੍ਹਾਂ ਨੇ ਅੰਗਰੇਜ਼ਾਂ ਨਾਲ ਹਥਿਆਰਬੰਦ ਟੱਕਰ ਲਈ ਅਤੇ ਬੰਬ ਵੀ ਸੁੱਟੇ। ਜੇ ਅੱਜ ਕੋਈ ਬੰਦਾ ਹਥਿਆਰਬੰਦ ਟੱਕਰ ਲੈਂਦਾ ਮੋਦੀ ਨਾਲ ਤੇ ਬੰਬ ਸੁੱਟਦਾ ਪਾਰਲੀਮੈਂਟ ਚ ਤਾਂ ਇਹ ਕਹਿੰਦੇ ਨੇ ਇਹ ਬੰਦਾ ਖਾੜਕੂ ਏ, ਇਹਨੂੰ ਜੇਲ੍ਹ ਭੇਜੋ। ਇਹ ਸਾਨੂੰ ਸੁਭਾਸ਼ ਚੰਦਰ ਬੋਸ ਨੂੰ ਸ਼ਹੀਦ ਨਹੀਂ ਕਹਿਣਾ ਚਾਹੀਦਾ, ਉਹਨੂੰ ਖਾੜਕੂ ਕਹਿਣਾ ਚਾਹੀਦਾ। ਮੈਂ ਖਾੜੂ ਕਹਿਣ ਦੇ ਅੱਗ ਚ ਨਹੀਂ, ਮੈਂ ਬੋਧੀ ਦੀ ਬੋਲੀ ਵਿਚ ਜਵਾਬ ਦੇ ਰਿਹਾ। ਤੇ ਮਹਾਤਮਾ ਗਾਂਧੀ ਆਪਣੇ ਵੱਲੋਂ ਬੜਾ ਹਿੰਸਾਧਾਰੀ ਸੀ, ਲੇਕਿਨ ਅੰਗਰੇਜ਼ਾਂ ਦਾ ਪਿੱਠੂ ਸੀ, ਇਸੇ ਲਈ ਉਹਦਾ ਕਤਲ ਕੀਤਾ ਗਿਆ। ਤੇ ਇਸ ਕਤਲ ਨੂੰ ਮੋਦੀ ਸਾਹਿਬ ਬਹੁਤ ਚੰਗਾ ਸਮਝਦੇ ਨੇ ਅਤੇ ਨਥੂਰਾ ਗੋਡਸੇ ਦੀ ਇਹ ਪੂਜਾ ਕਰਦੇ ਨੇ। ਸੋ ਮਹਾਤਮਾ ਗਾਂਧੀ ਨੇ ਗੁਰੂ ਗੋਬਿੰਦ ਸਿੰਘ ਨੂੰ ਬੁੱਲਰ ਦੇਸ਼ ਹੋ ਕੇ ਆਏ ਸੀ ਕਿਉਂਕਿ ਹਥਿਆਰ ਚੁੱਕਿਆ ਸੀ। ਫਿਰ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਹਥਿਆਰ ਚੁੱਕੇ ਨੇ, ਉਹ ਇਦਾਂ ਬੁੱਲਰ ਦੇਸ਼ ਭਗਤ ਹੋਇਆ। ਤੇ ਜਿਹੜਾ ਮੋਦੀ ਗੰਜਰ ਇਹ ਕਹਿੰਦਾ ਹਿੰਦੂ ਹਿੰਦੁਸਤਾਨ ਸਭ ਤੋਂ ਵੱਡਾ ਮੂਰਖ ਤੇ ਮੈਂਟਲ ਇਹ ਹੈਗਾ। ਜੇ ਦੰਦਾਂ ਕੋਈ ਨੁਕਸ ਪੈ ਜੇ ਡਾਕਟਰ ਲੱਭ ਲਓ, ਡੈਂਟਲ ਉਹ ਲੱਭੇ ਜਾਂ ਨਾ ਲੱਗੇ, ਮੋਦੀ ਹੋ ਗਿਆ ਮੈਂਟਲ। ਸੋ ਮੈਂ ਸਾਰੇ ਨੇਕ ਦਿਲ ਇਨਸਾਨਾਂ ਨੂੰ ਕਹਾਂਗਾ ਕਿ ਦਿੱਲੀ ਪਹੁੰਚ ਜਾਓ ਤੇ ਰਾਜਪਥ ਜਿੱਥੇ ਕਰਤਵਿਆ ਪਥ ਲਿਖਿਆ ਉਹਨੂੰ ਤੋੜ ਤੋੜ ਕੇ ਚੱਕਣਾ ਚੂਰ ਕਰ ਦਿਓ, ਦੁਬਾਰਾ ਲਿਖੋ ਰਾਜਪਥ, ਅਤੇ ਜਿੱਥੇ ਮੋਦੀ ਮੇਲੇ ਦਾ ਕੁਟਾਪਾ ਕਰ ਦਿਓ ਉੱਥੇ ਇਹਨੂੰ ਕੌਮਾਂ 'ਚ ਭੇਜੋ। ਬੋਲੇ ਸੋਨਿਹਾਲ, ਸਤਿ ਸ੍ਰੀ ਅਕਾਲ। ਨੇਕ ਦਿਲ ਇਨਸਾਨ ਦਾ ਰਾਜ ਹੈਗਾ ਹਿੰਦੁਸਤਾਨ ਦਾ ਨਾਂ, ਜਿਵੇਂ ਮੋਦੀ ਨੇ ਇੱਕ ਟ੍ਰੈਂਡ ਬਣਾਇਆ ਨਾਂ ਬਦਲਣ ਦਾ, ਆਪਾਂ ਵੀ ਨਾਂ ਬਦਲਣ ਲੱਗੇ ਹਾਂ। ਹਿੰਦੁਸਤਾਨ ਦਾ ਨਾਂ ਬਦਲ ਕੇ ਖਾਲਿਸਤਾਨ ਰੱਖਿਆ ਜਾਂਦਾ, ਜਿਹਦੇ ਵਿਚ ਸਾਰੇ ਵਸਣਗੇ, ਖਾਲਸ, ਸਿੱਖ, ਹਿੰਦੂ, ਮੁਸਲਮਾਨ, ਜੈਨੀ, ਬੋਧੀ, ਪਾਰਸੀ, ਈਸਾਈ, ਸਾਰੇ ਹੀ ਭਾਈ ਭਾਈ। ਇਹ ਮੋਦੀ ਕੀ ਬਲਾਕ ਆਂ ਸਿਆਈ, ਹਿੰਦੁਸਤਾਨ ਦਾ ਨਾਂ ਬਦਲ ਕੇ ਖਾਲਿਸਤਾਨ ਕਹਿੰਦਾ। ਸਾਰੇ ਵੋਟ ਜੇ ਹਿੰਦੁਸਤਾਨ ਦੇ ਹੋਣ ਉਹ ਮਿਟਾ ਦਿਓ, ਭਾਰਤ ਤੇ ਲਿਖਿਆ ਮਿਟਾ ਦਿਓ, ਸਾਰੇ ਲਿਖੋ ਖਾਲਿਸਤਾਨ, ਸਾਰੇ ਜਹਾਂ ਸੇ ਅੱਛਾ ਖਾਲਿਸਤਾਨ ਹਮਾਰਾ, ਖਾਲੀ ਪੰਜਾਬ ਨਹੀਂ, ਖਾਲੀ ਛੋਟਾ ਟੁਕੜਾ ਨਹੀਂ, ਸਾਰਾ ਹਿੰਦੁਸਤਾਨ ਹੀ ਖਾਲਿਸਤਾਨ ਹੈ। ਬੋਲੇ ਸੋਨਿਹਾਲ, ਸਤਿ ਸ੍ਰੀ ਅਕਾਲ।